पंजाब दे विच कोरोना पाबंदियों के हुण ढिल दी गई है, जिस तों बाद काफ़ी चीज़ां हुण खुल गई ने। बीते दिन ही पंजाब सरकार दे वल्लों हिदायत जारी की गई सी कि जिम भी खोले जाण, ते अज असी जिम दा रियलिटी चैक करना है कि किस तरह के नाल अज जिम खुले ने। ते इस वक्त असी मोहाली दे पंज फेज दे विच बर्न जिम है, ये काफ़ी मशहूर इत्थों दा जिम मन्निया जांदा, इस दे विच मौजूद हाँ। तो इत्थों के मैनेजर ने इन्हां नाल गल्लबात करदे आ कि किस तरह अज जिम दोबारा खोलण तो अज इन्हां नूं दोबारा तो खुशी हुई है, किन्नी राहत मिली है। सब तो पहला नाम सर? साहिल नाम है मेरा। ठीक है, जिम अज बहुत टाइम बाद तकरीबन 2 महीने बाद दोबारा ओपन हो रहे हैं, किन्नी क सब तो पहले दसो राहत महसूस हो रही है? सर वधिया गल है, जिहड़े ट्रेनर साडे बेरोजगार से सी सारे दोबारा काम तो शुरू हो गए हैं, सब दे चेहरे ते बढ़िया खुशी है। सब तो वधिया जिहड़े मैंबर वर्कआउट करते सी वो बिना वर्कआउट तो रह नहीं सकते, जिन्हां नूं एक्सरसाइज की आदत है वो एक्सरसाइज करते सी, पर वो सारे हुण धीरे धीरे आना शुरू होए ने। जिन्ना क्राउड साडे कोल पहला आंदा सी उन्ना तो है नहीं हले, पर जिहड़े भी मैंबर ने सारे रेगुलर आने वाले वो धीरे धीरे आने शुरू होए ने। सारे वर्कआउट वास्ते लैके बड़े हैप्पी ने, बड़े खुश ने सारे। उस तो बाद पूरा जिम द्वारा सारी इक्विपमेंट सैनिटाइज किया जाता है, जो कोई मैंबर करके हटता है सैनिटाइज करते हैं, तो आप आते आप लोगों का टैंपरेचर चैक करते हैं, ऑक्सीजन लैवल चैक करते हैं, आप प्रॉपर मेंटेनेंस करके ही आप शुरू किए सारा। अच्छा, जो जिम इन्ना टाइम बंद रही है तकरीबन 2 महीने हो गए, उस तो पहले किन्ने के क्लाइंट इतने आ रहे थे मतलब एक दिन च? सर क्लाइंटेज साढ़े को वाधू से, तुम रख लो कि वह एक चौथा हिस्सा भी नहीं आ रहा हले का, हले तो अज ही जिम ओपन हुए हैं, लोगों ने आना शुरू किया ने, थोड़े थोड़े धीरे धीरे सब लाइन पर आएगा, पर जो सा पहला क्लाइंट से वो हिसाब का क्लाइंट हले आया नहीं। ਕਿੰਨਾ ਕੁ ਲਾਸ ਕਿੰਨਾ ਕੁ ਹੋਇਆ ਇੰਨੇ ਟਾਈਮ ਦੇ ਵਿੱਚ? ਸਰ ਲਾਸ ਤਾਂ ਸਾਰਿਆਂ ਨੂੰ ਹੀ ਬਰਾਬਰ ਹੈ, ਤੁਸੀਂ ਰੱਖ ਲਓ ਕਿ ਜਿਹੜਾ ਕਲਾਇੰਟ ਰੈਗੂਲਰ ਆਉਂਦਾ ਸੀ ਉਹ ਹਲੇ ਆ ਨਹੀਂ ਰਿਹਾ, ਲੋਕਾਂ 'ਚ ਕਰੋਨਾ ਦਾ ਡਰ ਹਲੇ ਵੀ ਹੈਗਾ ਥੋੜ੍ਹਾ ਬਹੁਤ, ਤਾਂ ਕੁਛ ਲੋਕ ਹਲੇ ਕਹਿ ਰਹੇ ਨੇ ਥੋੜ੍ਹਾ ਸੰਭਲ ਜਾਏ ਸਭ ਕੁਛ, ਉਸ ਤੋਂ ਬਾਅਦ ਹੀ ਦੇਖਾਂਗੇ, ਕਈ ਦੇ ਵੈਕਸੀਨੇਸ਼ਨ ਨਹੀਂ ਹੈ ਤਾਂ ਇਸ ਚੱਕਰ 'ਚ ਲੋਕ ਆ ਨਹੀਂ ਰਿਹਾ ਹਲੇ। ਸਰ ਵੈਕਸੀਨੇਸ਼ਨ ਦੀ ਵੀ ਸਰਕਾਰ ਵੱਲੋਂ ਇਹ ਕੀਤੀ ਗਈ ਵੀ ਵੈਕਸੀਨੇਸ਼ਨ ਚੈੱਕ ਕੀਤੀ ਜਾਏਗੀ ਕਿ ਲੱਗੀ ਹੈ ਕਿ ਨਹੀਂ ਲੱਗੀ ਹੈ, ਉਹ ਤੁਸੀਂ ਬਕਾਇਦਾ ਚੈੱਕ ਕਰ? ਐਜ਼ ਤਾਂ ਹਲੇ ਕੰਪਲਸਰੀਲੀ ਦਾ ਗਾਈਡੈਂਸ ਸਾਨੂੰ ਕੁਝ ਦਿੱਤਾ ਨਹੀਂ ਹੈ, ਪਰ ਅਸੀਂ ਆਪਣੇ ਲੋਕਾਂ ਦੇ ਮੋਨੀਟਰ ਕਰ ਰਹੇ ਨੇ, ਸਭ ਦੇ ਮੈਸੇਜ ਚੈੱਕ ਕਰਦੇ ਨੇ ਜਿਨ੍ਹਾਂ ਨੂੰ ਮੈਸੇਜ ਆਇਆ ਵੈਕਸੀਨੇਸ਼ਨ ਦਾ, ਤੇ ਜਿਹੜੇ ਨਹੀਂ ਹੈਗਾ ਸਰਟੀਫਿਕੇਟ ਮੰਗਾਉਂਦੇ ਨੇ ਅਸੀਂ। ਅੱਛਾ, ਜਿਹੜੀਆਂ ਹਦਾਇਤਾਂ ਮਤਲਬ ਹੁਣ ਸੀਗਾ ਲੋਕ ਘਟੇ ਵੀ ਹੋਣੇ ਪਹਿਲਾਂ ਤੋਂ, ਲੋਕਾਂ 'ਚ ਡਰ ਹੈ ਕਿ ਨਹੀਂ ਹੈ ਕਰੋਨਾ ਦਾ? ਤੁਸੀਂ ਗੱਲਬਾਤ ਕਰਦੇ ਹੋਣੇ ਕਿ ਦੁਬਾਰਾ ਤੋਂ ਆਓ, ਲੋਕਾਂ ਨੂੰ ਦੱਸਿਆ ਹੋਣਾ ਕਿ ਦੁਬਾਰਾ ਜਿਮ ਓਪਨ ਹੋ ਰਹੇ ਨੇ, ਲੋਕਾਂ 'ਚ ਇਸ ਗੱਲ ਦਾ ਡਰ ਹੈ ਕਿ ਕਰੋਨਾ ਤੋਂ ਲੈ ਕੇ ਲੋਕ ਡਰੇ ਹੋਏ ਨੇ? ਸਰ ਜਿਨ੍ਹਾਂ ਨੂੰ ਹੈਗਾ ਹਲੇ ਵੀ, ਮਤਲਬ ਤੁਸੀਂ ਆਖ ਲਓ ਕਿ 50% ਲੋਕਾਂ ਨੂੰ ਇਸ ਦਾ ਡਰ ਹੈਗਾ, ਤੇ ਲੋਕੀ ਆਉਣ ਤੋਂ ਡਰਦੇ ਨੇ ਜਿਮ ਕਿ ਅਸੀਂ ਜਿਮ ਨਹੀਂ ਆ ਸਕਦੇ ਹਲੇ ਵੀ, ਵੀਕੈਂਡਸ ਦੇ ਉਹ ਕਹਿੰਦੇ ਨੇ ਕਿ ਜਦ ਸਭ ਕੁਝ ਸੈਟਲ ਹੋ ਜਾਏਗਾ ਉਸ ਤੋਂ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਕੀ ਬੰਦਾ ਹੈ, ਤੇ ਉਸ ਤੋਂ ਬਾਅਦ ਹੀ ਆਪਾਂ ਆਉਣਗੇ, ਤੇ ਜਿਨ੍ਹਾਂ ਨੇ ਵੈਕਸੀਨੇਸ਼ਨ ਲਾ ਲਈ ਹੈ ਉਹ ਲੋਕੀ ਐਂਡ ਮਤਲਬ ਇੰਨਾ ਉਹਨਾਂ ਨੂੰ ਖੌਫ ਨਹੀਂ ਹੈ, ਉਹ ਆਉਣਾ ਸ਼ੁਰੂ ਵੀ ਕਰਤਾ ਲੋਕਾਂ ਨੇ, ਪਰ ਫਿਰ ਵੀ ਕਰੋਨਾ ਡਰ ਲੋਕਾਂ ਦੇ ਮਨ ਹਲੇ ਵੀ ਪਿਆ। ਬਿਲਕੁਲ, ਹਜੇ ਕਰੋਨਾ ਦਾ ਡਰ ਲੋਕਾਂ ਦੇ ਦਿਲਾਂ ਦੇ ਵਿੱਚ ਹੈਗਾ ਵੀ ਹੈ, ਤੇ ਇੱਥੇ ਜੋ ਟ੍ਰੇਨਿੰਗ ਕਰਨ ਆ ਰਹੇ ਨੇ ਲੋਕ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਇਸ ਬਾਬਤ ਕੀ ਕਹਿਣਾ? ਸਭ ਤੋਂ ਪਹਿਲਾਂ ਨਾਮ ਕੀ? ਇੰਦਰ। ਇੰਨੇ ਟਾਈਮ ਬਾਅਦ ਜਿਮ ਓਪਨ ਹੋਇਆ ਤਕਰੀਬਨ 2 ਮਹੀਨਾ ਦੇ ਬਾਅਦ, ਇਸ ਗੱਲ ਦੀ ਖੁਸ਼ੀ ਹੋਈ ਹੈ ਹੁਣ? ਨਹੀਂ, ਖੁਸ਼ੀ ਤਾਂ ਸਰ ਬਹੁਤ ਹੈ ਵੀ ਜਿਮ ਇੰਨੀ ਦੇਰ ਬਾਅਦ ਓਪਨ ਹੋਏ ਆ, ਫਿਰ ਤੋਂ ਵਰਕਆਊਟ ਕਰਦਾ ਕਿ ਜਿੰਨਾ ਆਪਣਾ ਬੋਡੀ ਜਿੰਨੀ ਵੀਕ ਜਿੰਨੀ ਹੁਣ ਜਿਸ ਤਰ੍ਹਾਂ ਮੰਨ ਲਓ ਆਪਾਂ ਡੇਲੀ ਵਰਕਆਊਟ ਕਰਦੇ ਹਾਂ ਬੋਡੀ ਅਲਰਟ ਰਹਿੰਦੀ ਆ, ਅਤੇ ਹੁਣ ਵਰਕਆਊਟ ਛੱਡ ਕੇ ਅਤੇ ਸੁਸਤੀ ਬਹੁਤ ਪੈ ਗਈ ਸੀਗੀ, ਹੁਣ ਉਹ ਵੀ ਚੀਜ਼ ਹੁਣ ਥੋੜ੍ਹੀ ਅਲਰਟਨੈਸ ਫਿਰ ਤੋਂ ਆਊਗੀ, ਫਿਰ ਐਕਟਿਵ ਹੋਵਾਂਗੇ ਥੋੜ੍ਹਾ ਜਿਹਾ। ਅੱਛਾ, ਫਿਰ ਜਦੋਂ ਕਿੰਨੇ ਟਾਈਮ ਤੋਂ ਪਹਿਲਾਂ ਦੱਸੋ ਤੁਸੀਂ ਜਿੰਮ ਕਰ ਰਹੇ ਹੋ? ਮੈਨੂੰ ਸਰ ਅਪਰੋਕਸ 7-8 ਸਾਲ ਹੋ ਗਏ ਇਸ ਚੀਜ਼ ਨੂੰ ਕਰਦੇ, 7-8 ਸਾਲ ਤੋਂ। ਜਦੋਂ ਹੁਣ ਜਿੰਮ ਬੰਦ ਹੋ ਗਏ ਸੀਗੇ ਪਿਛਲੇ 2 ਮਹੀਨੇ ਤੋਂ, ਉਦੋਂ ਫਿਰ ਕਿਸ ਤਰ੍ਹਾਂ ਵਰਕਆਊਟ ਕਰਦੇ ਸੀ? ਘਰ ਕਰ ਰਹੇ ਸੀ ਜਾਂ ਕਿਸੇ ਹੋਰ ਤਰ੍ਹਾਂ ਦੇ ਨਾਲ ਕੋਈ ਆਪਣਾ ਆਪ ਨੂੰ ਫਿੱਟ ਰੱਖ ਰਹੇ ਸੀ? ਸਰ ਦੇਖੋ, ਚਾਹੇ ਘਰ ਕਰ ਲਈਏ ਚਾਹੇ ਗਰਾਊਂਡ 'ਚ ਆਪਾਂ ਕਰ ਲਈਏ, ਬਟ ਜੋ ਜਿੰਮ 'ਚ ਹੁੰਦਾ ਉਹ ਤਾਂ ਨਹੀਂ ਕਰ ਸਕਦੇ ਆਪਾਂ, ਇੰਨਾ ਵੇਟ ਤਾਂ ਆਪਾਂ ਘਰੇ ਖੜ ਨਹੀਂ ਸਕਦੇ ਆਪਣੇ ਨਾ ਕਰ ਸਕਦੇ ਹਾਂ, ਬਟ ਫਿਰ ਵੀ ਜਿੰਨਾ ਆਪਣਾ ਜੋਗਿੰਗ ਸੀ, ਮੋਰਨਿੰਗ ਵਾਕ ਹੋ ਗਈ, ਆਪਣਾ ਜੋ ਹੋਮ ਵਰਕਆਊਟ ਨੋਰਮਲੀ ਉਹ ਜ਼ਰੂਰ ਕੀਤਾ, ਬਟ ਫਿਰ ਵੀ ਬੋਡੀ ਜਿਸ ਤਰ੍ਹਾਂ ਹੁਣ ਆਪਾਂ ਇੱਥੇ ਮਸ਼ੀਨੀ ਹੈ ਐਕਸਰਸਾਈਜ਼ ਕਰਦੇ ਹਾਂ, ਬਟ ਉਹ ਚੀਜ਼ ਘਰੇ ਨਹੀਂ ਹੋ ਪਾਉਂਦੀ ਨਾ। ਬੋਡੀ ਤੁਹਾਡੀ ਤੁਹਾਡੀ ਬਹੁਤ ਚੰਗੀ ਤੁਸੀਂ ਬਣਾਈ ਹੋਈ ਹੈ, ਬਿਲਕੁਲ ਸ਼ੇਪ 'ਚ ਹੈ, ਇੰਨੇ ਦਿਨ ਬਾਅਦ ਕੋਈ ਫਰਕ ਲੱਗਿਆ ਕਿ ਪਿਛਲੇ 2 ਮਹੀਨੇ ਤੋਂ ਵਰਕਆਊਟ ਪ੍ਰੋਪਰ ਨਹੀਂ ਹੋ ਸਕਿਆ ਕਿ ਥੋੜ੍ਹਾ ਜਿਹਾ ਬੋਡੀ 'ਚ ਵੀ ਕੋਈ ਫਰਕ ਪਿਆ? ਹਾਂਜੀ, ਪੈਂਦਾ ਹੀ ਹੈ ਸਰ, ਇੱਕ ਦੇ ਹੁਣ ਜਿਸ ਤਰ੍ਹਾਂ ਦੇਖ ਲਓ ਸਾਡੀ ਬੋਡੀ ਜਿੱਦਾਂ ਹੁਣ ਆਪਾਂ ਐਕਸਰਸਾਈਜ਼ ਕਰਦੇ ਹਾਂ ਅਤੇ ਡੇਲੀ ਦੇ ਡੇਲੀ ਉਹਨੇ ਮਸਲ ਰਿਕਵਰੀ ਕਰਨੀ ਹੈ, ਕੰਮ ਕਰਦੀ ਹੈ ਬੋਡੀ, ਹੁਣ ਤੁਸੀਂ ਸਾਰਾ ਦਿਨ ਉੱਥੇ ਅੰਦਰ ਮੰਨ ਲਓ ਕਿ ਉਹ ਜਿਸ ਤਰ੍ਹਾਂ ਹੁਣ ਮੇਰਾ ਤਾਂ ਅਜੇ ਕੋਈ ਹੋਰ ਕੰਮ ਹੈ ਨਹੀਂ, ਅਤੇ ਮੇਰਾ ਕੰਮ ਹੈ ਕਿ ਐਕਸਰਸਾਈਜ਼ ਕਰਨੀ ਹੈ ਬੋਡੀ, ਆਪਾਂ ਡਾਇਟ ਖਾਂਦੇ ਹਾਂ ਆਪਣੀ ਪ੍ਰੋਪਰ, ਸਭ ਕੁਛ ਹਾਈਜੀਨ ਹੀ ਰਹਿੰਦਾ, ਜਦੋਂ ਜਿੰਮ ਹੀ ਬੰਦ ਹੋ ਗਈ ਵਰਕਆਊਟ ਛੁਡੋ ਗਿਆ
ਤੇ ਤੁਹਾਨੂੰ ਪਤਾ ਹੀ ਹੈ ਸਰ ਕਿ ਕੁਛ ਵੀ ਟਾਈਮ 'ਤੇ ਨਹੀਂ ਹੋ ਪਾਉਂਦਾ, ਕੋਈ ਹਾਈਜੀਨ ਨਹੀਂ ਰਹਿੰਦਾ, ਕੋਈ ਕੁਛ ਨਹੀਂ, ਬੰਦਾ ਉੱਧਰੋਂ ਵੀ ਖਾ ਲੈਂਦਾ ਉੱਧਰੋਂ ਵੀ ਖਾ ਲੈਂਦਾ, ਅਤੇ ਬਹੁਤ ਫਰਕ ਪਿਆ ਸੀ। ਹੁਣ ਡਰ ਲੱਗ ਰਿਹਾ ਕਰੋਨਾ ਤੋਂ, ਕਿਉਂਕਿ ਚਲੋ ਕੇਸ ਤਾਂ ਬਹੁਤ ਘੱਟ ਗਏ ਨੇ, ਮਤਲਬ ਨਾ ਮਾਤਰ ਹੁਣ ਪੰਜਾਬ ਦੇ ਵਿੱਚ ਕੇਸ ਨੇ, ਬਹੁਤ ਘੱਟ ਕੇਸ ਆ ਰਹੇ ਨੇ ਪਹਿਲਾਂ ਦੇ ਮੁਕਾਬਲੇ, ਹੁਣ ਡਰ ਥੋੜ੍ਹਾ ਜਿਹਾ ਹੈ ਕਿ ਨਹੀਂ ਹੈ? ਕਰੋਨਾ ਦਾ ਡਰ ਐਕਚੁਅਲੀ ਪਤਾ ਤਾਂ ਲੱਗੇ ਕਰੋਨਾ ਹੈ ਕੀ ਆ, ਸਾਨੂੰ ਤਾਂ ਹਜੇ ਤੱਕ ਇਹ ਨਹੀਂ ਪਤਾ ਵੀ ਕਰੋਨਾ ਹੈ ਕੀ ਆ, ਕਹਿਣ ਨੂੰ ਕਰੋਨਾ ਇੱਦਾਂ ਉਹਦੀ ਇੰਨੀ ਮੌਤ ਹੋ ਗਈ ਇੰਨੀ, ਉਹ ਹੈ ਕਿੱਥੇ ਆ? ਮੇਰੇ ਨੋਨ 'ਚ ਇੱਕ ਲੜਕਾ ਸੀਗਾ, ਉਹ ਮੇਰਾ ਫਰੈਂਡ ਹੈ, ਅਤੇ ਉਹਨੂੰ ਕਰੋਨਾ ਪੋਜ਼ਿਟਿਵ ਕੀਤਾ ਵੀ ਤੁਸੀਂ ਕਰੋਨਾ ਪੋਜ਼ਿਟਿਵ ਹੋ, ਮੰਨੋਗੇ ਉਹਨੂੰ ਜਿਸ ਦਿਨ ਰਿਪੋਰਟ ਆਈ ਉਸ ਦਿਨ ਵੀ ਉਹ ਮੇਰੇ ਨਾਲ ਸੀ, ਜਿਸ ਦਿਨ ਉਹਦੀ ਨੈਗੇਟਿਵ ਆਈ ਉਸ ਦਿਨ ਵੀ ਉਹ ਮੇਰੇ ਨਾਲ ਸੀ, ਮੈਨੂੰ ਕਿਉਂ ਨਹੀਂ ਹੋਇਆ? ਮੈਂ ਤਾਂ ਬਿਲਕੁਲ ਠੀਕ ਹਾਂ, ਉਹ ਵੀ ਠੀਕ ਆਪਣੇ ਘਰੇ ਬੈਠਾ, ਕਿਸੇ ਨੂੰ ਕੋਈ ਹੈ ਹੀ ਨਹੀਂ ਇਹੋ ਜਿਹਾ। ਜਾਂ ਤਾਂ ਸਾਨੂੰ ਤਾਂ ਡਰ, ਹੁਣ ਜੋ ਸਰਕਾਰ ਨੇ ਗੌਰਮੈਂਟ ਨੇ ਹਦਾਇਤਾਂ ਕੀਤੀਆਂ ਵੀ ਜੇ ਮਾਸਕ ਨਹੀਂ ਲਾਓਗੇ ਚਲਾਨ ਕੱਟਾਂਗੇ, ਐਂ ਕਰਾਂਗੇ, ਦੇਖੋ ਨਾ ਇਹਨਾਂ ਨੇ ਮਾਸਕ ਅਲਾਊਡ ਕਰਨੇ ਆ, ਵੀ ਤੁਸੀਂ ਚਲਾਨ ਕੱਟ ਦਿਓ ਠੀਕ ਹੈ, ਨਾਲ ਮਾਸਕ ਵੀ ਦਿਓ, ਉਹ ਵੀ ਹੈ ਨਹੀਂ ਇਹਨਾਂ ਕੋਲ, ਬਸ ਚਲਾਨ ਕੱਟ ਦੇਣਗੇ ਠੀਕ ਹੈ ਜੀ ਜਾਓ, ਮਾਸਕ ਲਾਓ ਨਾ ਲਾਓ, ਉਹ ਤਾਂ ਹੁਣ ਸਾਨੂੰ ਮੰਨਣੇ ਪੈਂਦੀਆਂ। ਬਟ ਇਸ ਚੀਜ਼ ਦਾ ਹਜੇ ਤੱਕ ਕੋਈ ਪ੍ਰੂਫ ਹੀ ਨਹੀਂ ਆਇਆ ਵੀ ਹਾਂ ਵਾਕਈ ਕਰੋਨਾ ਨਾਲ ਬੰਦਾ ਮਰਦਾ ਪਿਆ ਜਾਂ ਕਿੱਦਾਂ। ਫਿਟਨੈਸ ਨੂੰ ਕਿੰਨਾ ਕੁ ਤੁਸੀਂ ਜ਼ਰੂਰੀ ਮੰਨਦੇ ਹੋ ਇਸ ਅਜਿਹੇ ਦੌਰ ਦੇ ਵਿੱਚ, ਕਿਉਂਕਿ ਇੱਕ ਮੰਨਿਆ ਜਾਂਦਾ ਕਿ ਜਿਹੜੇ ਲੋਕ ਫਿੱਟ ਨੇ ਉਹਨਾਂ ਨੂੰ ਕਰੋਨਾ ਦਾ ਬਹੁਤ ਘੱਟ ਇਫੈਕਟ ਕਰਦਾ? ਹਾਂਜੀ ਸਰ, ਉਹ ਤਾਂ ਹੈ, ਕਿਉਂਕਿ ਦੇਖੋ ਜਿਸ ਤਰ੍ਹਾਂ ਆਪਾਂ ਡੇਲੀ ਡੇਲੀ ਐਕਸਰਸਾਈਜ਼ ਕਰਦੇ, ਆਪਣੀ ਡਾਇਟ ਰੱਖੀ ਹੁੰਦੀ ਹੈ ਆਪਾਂ, ਅਤੇ ਆਪਾਂ ਸਾਡੇ ਮਸਲ ਆਪਾਂ ਤੋੜਦੇ ਹਾਂ ਡੇਲੀ, ਬੋਡੀ ਉਹਨੂੰ ਰਿਕਵਰ ਕਰਦੀ ਹੈ, ਕੰਮ ਕਰਦੀ ਹੈ, ਉਹਦੇ ਨਾਲ ਇਮਿਊਨ ਹੋਰ ਸਟਰੋਂਗ ਹੁੰਦਾ, ਬੋਡੀ ਹੋਰ ਸਟਰੋਂਗ ਹੁੰਦੀ ਹੈ। ਅਤੇ ਜਿੱਦਾਂ ਆਪਾਂ ਮੰਨ ਲਓ ਫੀਵਰ ਹੈ ਜਾਂ ਕੁਛ ਵੀ ਹੈ, ਇਹ ਇੱਕ ਟਾਈਮ ਇਹ ਬਹੁਤ ਇੱਕ ਮਿਨੀਮਮ ਜੇ ਚੀਜ਼ਾਂ ਬੋਡੀ ਲਈ, ਜੇ ਤੁਸੀਂ ਕੁਛ ਨਹੀਂ ਕਰਦੇ, ਤੁਸੀਂ ਆਪਣੇ ਘਰੇ ਬੈਠੇ ਆਪਣਾ ਵੀ ਜਿੱਦਾਂ ਮੰਨ ਲਓ ਕਿ ਬੰਦਾ ਵਰਕਿੰਗ ਆ ਵੀ ਆਪਣਾ ਬਹਿ ਕੇ ਕੰਮ ਸਾਰਾ ਕਰਦਾ, ਉਹਦੀ ਬੋਡੀ ਕੋਈ ਕੰਮ ਹੀ ਨਹੀਂ ਕਰਦੀ ਹੈਗੀ, ਨਾ ਖਾਣਾ ਪ੍ਰੋਪਰ ਪਚਾਊਗੀ ਨਾ ਕੁਛ, ਉਹਨੂੰ ਹੀ ਗੈਸ ਦੀਆਂ ਪ੍ਰੋਬਲਮ, ਤੁਸੀਂ ਵਰਕਆਊਟ ਕਰਦੇ ਪਏ ਹੋ, ਤੁਹਾਡੀ ਬੋਡੀ ਪ੍ਰੋਪਰ ਕੰਮ ਵੀ ਕਰੂਗੀ, ਅਤੇ ਆਪਣਾ ਜੋ ਵੀ ਫੀਵਰ ਵਗੈਰਾ ਹੋ ਗਏ ਜਿਹੜੇ ਆ ਕੋਲਡ ਕਹਿੰਦੇ ਆ, ਇਹਨਾਂ ਤੋਂ ਹਮੇਸ਼ਾ ਬੋਡੀ ਬਿਨਾਂ ਦਵਾਈਆਂ ਤੋਂ ਠੀਕ ਰਹੂਗੀ। ਸਤਿੰਦਰ ਸਿੰਘ ਸਰਨ, ਇੰਨੇ ਟਾਈਮ ਬਾਅਦ ਮੁੜ ਤੋਂ ਜਿੰਮ ਓਪਨ ਹੋਏ ਨੇ, ਸਭ ਤੋਂ ਪਹਿਲਾਂ ਕਿੰਨੀ ਖੁਸ਼ੀ ਹੋਈ ਹੈ? ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ, ਮੇਰਾ ਵੇਟ ਇੱਕਦਮ ਇਨਕਰੀਜ਼ ਹੋ ਗਿਆ ਸੀ, ਆਈ ਸਟੋਪਡ ਸਿੰਸ ਮਾਰਚ, ਤਾਂ ਹੁਣ ਚਾਲੂ ਕੀਤਾ ਹੈ, ਤਾਂ ਆਈ ਵਾਂਟ ਟੂ ਰਿਡਿਊਸ ਮਾਈ ਵੇਟ। ਹਾਂਜੀ, ਜਦੋਂ ਫਿਰ ਲੋਕਡਾਊਨ ਲੱਗਿਆ ਸੀਗਾ ਉਦੋਂ ਆਪਣੇ ਆਪ ਨੂੰ ਫਿਟ ਰੱਖ ਰਹੇ ਸੀ ਜਾਂ ਉਹ ਪ੍ਰੈਕਟਿਸ ਛੁੱਟ ਗਈ ਸੀ? ਪ੍ਰੈਕਟਿਸ ਛੁੱਟ ਗਈ ਸੀ ਜੀ। ਕਿੰਨੇ ਟਾਈਮ ਤੋਂ ਪਹਿਲਾਂ ਜਿੰਮ ਕਰ ਰਹੇ ਜੀ? ਮੈਂ ਤਾਂ 2013 ਤੋਂ ਕਰ ਰਿਹਾ, ਵਿੱਚ ਗੈਪ ਪੈ ਗਿਆ ਸੀਗਾ ਇੱਕ ਸਾਲ ਦਾ। ਕਰੋਨਾ ਦਾ ਡਰ ਹੈ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਵਗੈਰਾ ਅਤੇ ਸੈਨੇਟਾਈਜ਼ਰ ਵਗੈਰਾ ਯੂਜ਼ ਕਰਕੇ ਉਹ ਕਰਕੇ ਫਿਰ ਕਰਨਾ ਚਾਹੀਦਾ, ਮੀਨਸ ਅਰਾਊਂਡ 50% ਓਕੂਪੈਂਸੀ ਹੋਣੀ ਚਾਹੀਦੀ ਹੈ ਜਿਮ 'ਚ, ਨੋਟ ਮੋਰ ਦੈਨ ਦੈਟ। ਫਿਟਨੈਸ ਬਹੁਤ ਜ਼ਰੂਰੀ ਹੈ ਫੋਰ ਇਨਕਰੀਜ਼ਿੰਗ ਲਾਈਫ ਸਪੈਨ, ਇਨਕਰੀਜ਼ ਕਰਨ ਵਾਸਤੇ ਅਤੇ ਬਾਕੀ ਡਿਜ਼ੀਜ਼ ਤੋਂ ਦੂਰ ਰਹਿਣ ਵਾਸਤੇ ਫਿਟਨੈਸ ਐਕਸਰਸਾਈਜ਼ ਵਗੈਰਾ ਰੈਗੂਲਰ ਕਰਨੀ ਜ਼ਰੂਰੀ ਹੁੰਦੀ ਹੈ ਜੀ। ਮੈਂ ਹਾਲੇ ਤਾਂ ਸਟਾਰਟ ਕੀਤਾ, ਤਾਂ ਪੌਣਾ ਘੰਟਾ ਕਰਦਾ, ਵੈਸੇ ਨਹੀਂ ਤਾਂ ਡੇਢ ਕੁ ਘੰਟਾ ਮਿਨੀਮਮ ਕਰਨਾ ਚਾਹੀਦਾ ਫਿਟਨੈਸ ਵਾਸਤੇ। ਇਹ ਸਨ ਇੱਥੇ ਜਿਹੜੇ ਇੰਨੇ ਸਮੇਂ ਬਾਅਦ ਮੁੜ ਤੋਂ ਟ੍ਰੇਨਿੰਗ ਕਰਨ ਹੁਣ ਜਿਨ੍ਹਾਂ ਨੇ ਸ਼ੁਰੂ ਕੀਤੀ ਹੈ, ਅਤੇ ਇਹ ਕਾਫੀ ਖੁਸ਼ ਨੇ ਕਿ ਜਿੰਮ ਸਰਕਾਰ ਦੇ ਵੱਲੋਂ ਦੁਬਾਰਾ ਤੋਂ ਖੋਲ੍ਹੇ ਗਏ ਨੇ, ਅਤੇ ਜਿਹੜੇ ਜਿੰਮ ਦੇ ਇੱਥੇ ਮੈਨੇਜਰ ਨੇ ਉਹ ਵੀ ਇਸ ਜਿੰਮ ਦਾ ਪੂਰੀ ਤਰ੍ਹਾਂ ਦੇ ਨਾਲ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸ ਦੀ ਪਾਲਣਾ ਵੀ ਉਹਨਾਂ ਵੱਲੋਂ ਪੂਰੀ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਗਰੀਸ਼ ਦੇ ਨਾਲ ਹਰਪਿੰਦਰ ਸਿੰਘ, ABP ਸਾਂਝਾ, ਮੋਹਾਲੀ।